ਇਸ ਵਕਤ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਉਹਨਾਂ ਨੂੰ 2 ਸਾਲ ਦੀ ਇੱਕ ਕੇਸ ਵਿੱਚ ਸਜ਼ਾ ਹੋਈ ਹੈ। ਹਾਲਾਂਕਿ ਪਰਿਵਾਰਕ ਮਸਲਾ ਸੀ, ਉਸ ਪਰਿਵਾਰਕ ਮਸਲੇ ਵਾਲੇ ਵਿੱਚ ਇਹ ਸਜ਼ਾ ਸੁਣਾਈ ਗਈ ਹੈ, 2 ਸਾਲ ਦੀ ਸਜ਼ਾ। ਅਤੇ ਹੁਣ ਕੀ ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਮੁਸ਼ਕਲਾਂ ਵਧਣਗੀਆਂ? ਹਾਲਾਂਕਿ ਵਧੀਆਂ ਇਸ ਕਰਕੇ ਵੀ ਦਿਖਾਈ ਦੇ ਰਹੀਆਂ ਨੇ ਪ੍ਰਤੱਖ ਰੂਪ 'ਚ, ਕਿਉਂਕਿ 2 ਸਾਲ ਦੀ ਸਜ਼ਾ ਹੋ ਗਈ ਹੈ। ਇਹ ਕੇਸ ਕੀ ਹੈ, ਇਸ ਦਾ ਪਿਛੋਕੜ ਕੀ ਹੈ, ਇਸ ਸੰਬੰਧੀ ਜਾਣਕਾਰੀ ਸਾਂਝੀ ਕਰਾਂਗੇ। ਇਸ ਤੋਂ ਪਹਿਲਾਂ ਡਾਕਟਰ ਬਲਵੀਰ ਸਿੰਘ, ਜਿਹੜੇ ਕਿ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਵੀ ਇੱਕ ਘਰੇਲੂ ਝਗੜੇ ਦੇ ਵਿੱਚ ਜਾਂ ਉਸ ਕੇਸ ਦੇ ਵਿੱਚ ਜਿਹੜੀ ਹੈ ਸਜ਼ਾ ਦੀ ਗੱਲ ਸਾਹਮਣੇ ਆਈ ਸੀ। ਸੁਨਾਮ ਦੀ ਅਦਾਲਤ ਦੁਆਰਾ ਇਹ ਸੁਣਾਇਆ ਗਿਆ ਫੈਸਲਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਕਿਉਂਕਿ ਇਹਨਾਂ ਦਾ ਹਲਕਾ ਜਿਹੜਾ ਉਹ ਵੀ ਸੁਨਾਮ ਪੈਂਦਾ, ਅਤੇ ਸੁਨਾਮ ਦੀ ਅਦਾਲਤ ਦੁਆਰਾ ਹੀ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਫੈਸਲੇ ਦੇ ਆਉਣ ਤੋਂ ਬਾਅਦ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਕਾਫੀ ਵੱਡਾ ਝਟਕਾ ਲੱਗਿਆ ਮੰਨਿਆ ਜਾ ਰਿਹਾ, ਕਿਉਂਕਿ ਇਸ ਦੇ ਨਾਲ ਹੋ ਸਕਦਾ ਹੈ ਕਿ ਜਿਹੜੇ ਅਜਿਹੇ ਸਜ਼ਾ ਯਾਫਤਾ ਹੋਣ ਜਾਂ ਫਿਰ ਕੋਈ ਹੋਰ ਚੁਣਿਆ ਹੋਇਆ ਨੁਮਾਇੰਦਾ ਹੀ ਕਿਉਂ ਨਾ ਹੋਵੇ, ਜਿਹੜੀਆਂ ਉਹਨਾਂ ਕੋਲ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਵੀ ਵਾਪਸ ਨੈਤਿਕਤਾ ਦੇ ਤੌਰ ਦੇ ਉੱਤੇ ਲਈਆਂ ਜਾ ਸਕਦੀਆਂ ਨੇ। ਪਰ ਹੁਣ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਬਾਰੇ ਕੀ ਫੈਸਲਾ ਲੈਂਦੇ ਨੇ ਕਿ ਉਹਨਾਂ ਨੂੰ ਕੈਬਨਿਟ ਦੇ ਵਿੱਚ ਬਣਾਏ ਰੱਖਣਗੇ ਜਾਂ ਫਿਰ ਬਾਹਰ ਦਾ ਰਸਤਾ ਅਮਨ ਅਰੋੜਾ ਨੂੰ ਦਿਖਾਇਆ ਜਾ ਸਕਦਾ। ਇਹ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਅਧਿਕਾਰ ਖੇਤਰ ਵਿੱਚ ਆ, ਉਹਨਾਂ ਨੇ ਤੈਅ ਕਰਨਾ ਕਿ ਮੰਤਰੀ ਮੰਡਲ ਦੇ ਵਿੱਚ ਕੌਣ ਰਹੇ ਅਤੇ ਕੌਣ ਨਾ ਰਹੇ। ਪਰ ਜਿਹੜੇ ਢੰਗ ਦੇ ਨਾਲ ਇਹ ਗੱਲ ਸਾਹਮਣੇ ਨਿਕਲ ਕੇ ਆਈ ਹੈ, ਜਿਹੜੀ ਕਿ ਇੱਕ ਸਜ਼ਾ ਮਿਲੇ ਕਿਸੇ ਕੇਸ ਦੇ ਵਿੱਚ, ਇਹ ਕੋਈ ਛੋਟੀ ਗੱਲ ਨਹੀਂ, ਇਸਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਇਸ ਮਾਮਲੇ 'ਚ ਜਿਹੜੀ ਆ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਮਨ ਅਰੋੜਾ ਦੇ ਕੋਲ ਹਾਲਾਂਕਿ ਇਸ ਸਜ਼ਾ ਦੇ ਤੋਂ ਬਾਅਦ ਹੋਰ ਕਈ ਵਿਕਲਪ ਨੇ ਇਸ ਦੇ ਨਾਲ ਜੁੜੇ ਹੋਏ, ਜਿਸ ਦੇ ਤਹਿਤ ਉਹ ਸਜ਼ਾ ਨੂੰ ਅਗਲੀ ਅਦਾਲਤ ਦੇ ਵਿੱਚ ਚੈਲੰਜ ਕਰ ਸਕਦੇ ਨੇ, ਚੁਣੌਤੀ ਦੇ ਸਕਦੇ ਨੇ, ਹਾਈ ਕੋਰਟ ਵੀ ਪਹੁੰਚ ਕਰ ਸਕਦੇ ਨੇ। ਪਰੰਤੂ ਫਿਰ ਵੀ ਇਸ ਸਜ਼ਾ ਦੇ ਹੋਣ ਤੋਂ ਬਾਅਦ ਕੁਝ ਨਾ ਕੁਝ ਉਹਨਾਂ ਦੀ ਸਿਆਸਤ ਦੇ ਉੱਤੇ, ਉਹਨਾਂ ਦੇ ਇਸ ਨਿੱਜੀ ਜੀਵਨ ਦੇ ਉੱਤੇ ਵੱਡਾ ਅਸਰ ਪੈਂਦਾ ਦਿਖਾਈ ਦੇ ਰਿਹਾ, ਕਿਉਂਕਿ ਅਮਨ ਅਰੋੜਾ ਪਹਿਲਾਂ ਹੀ ਇੱਕ ਪਰਿਵਾਰਕ ਮਾਮਲੇ ਦੇ ਵਿੱਚ ਝਗੜੇ ਦੇ ਨੂੰ ਲੈ ਕੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੂੰ ਵੀ 3 ਸਾਲ ਦੀ ਸਜ਼ਾ ਹੋ ਚੁੱਕੀ ਹੈ। ਤਾਂ ਹੁਣ ਦੂਜੇ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਦੇ, ਜਿਹਨਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਹਨਾਂ ਦੇ ਕੋਲ ਇੱਕ ਮੌਕਾ ਜ਼ਰੂਰ ਹੋਵੇਗਾ ਕਿ ਜਿਹੜੀਆਂ ਉੱਚੀਆਂ ਅਦਾਲਤਾਂ ਕੋਲ ਜਾ ਕੇ, ਉੱਚ ਅਦਾਲਤ ਕੋਲ ਜਾ ਕੇ ਆਪਣੀ ਅਪੀਲ ਅਤੇ ਦਲੀਲ ਰੱਖੀ ਜਾ ਸਕਦੀ ਹੈ। ਪਰ ਉਸ ਤੋਂ ਪਹਿਲਾਂ ਰਾਜਨੀਤਿਕ ਸਫ਼ਰ ਦੇ ਉੱਤੇ ਅਸਰ ਪੈਂਦਾ ਦਿਖਾਈ ਦੇ ਰਿਹਾ। ਅਮਨ ਅਰੋੜਾ ਨੂੰ ਇਸ ਸਜ਼ਾ ਦੇ ਨਾਲ ਕੀ ਹੋਰ ਖਮਿਆਜੇ ਭੁਗਤਣੇ ਪੈ ਸਕਦੇ ਨੇ, ਉਹਨਾਂ ਦਾ ਮੰਤਰੀ ਅਹੁਦਾ ਜਿਹੜਾ, ਉਸ ਤੋਂ ਅਸਤੀਫਾ ਵੀ ਦੇਣ ਦੀ ਜ਼ਰੂਰਤ ਪੈ ਸਕਦੀ ਹੈ। ਹਾਲਾਂਕਿ ਇਸ ਮਸਲੇ ਦੇ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਇਸ ਸਿਆਸਤ ਦੇ ਅੰਦਰ ਪਾਰਟੀ ਕੀ ਫੈਸਲਾ ਲੈਂਦੀ ਹੈ, ਕਿਸ ਨੂੰ ਕਿਵੇਂ ਡੀਲ ਕੀਤਾ ਜਾਂਦਾ। ਪਰ ਉਹਨਾਂ ਦੇ ਕੋਲ, ਉਹਨਾਂ ਨੂੰ ਜ਼ਮਾਨਤ ਇਸ ਕੇਸ ਦੇ ਵਿੱਚ ਨਹੀਂ ਮਿਲੀ ਹੈ, ਉਹਨਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਵੇਗਾ ਜਾਂ ਨਹੀਂ ਦੇਣਾ ਪਵੇਗਾ, ਇਹ ਵੀ ਹੁਣ ਇਸ ਖਬਰ ਦੇ ਆਉਣ ਤੋਂ ਬਾਅਦ, ਦਸਤਕ ਦੇਣ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਨੇ, ਤੇਜ਼ ਹੋ ਗਈਆਂ ਨੇ। ਅਮਨ ਅਰੋੜਾ ਦਾ ਇੱਕ ਪਰਿਵਾਰਕ ਝਗੜਾ ਚੱਲ ਰਿਹਾ ਸੀ, ਜਿਸ ਦੇ ਕਰਕੇ ਉਹਨਾਂ ਦੇ ਖਿਲਾਫ਼ ਧਾਰਾ 452 ਅਤੇ 323 ਦੇ ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਨੂੰ ਲੈ ਕੇ ਸੁਨਾਮ ਦੀ ਅਦਾਲਤ ਨੇ, ਇਸ ਮਾਮਲੇ ਵਿੱਚ ਟ੍ਰਾਇਲ ਚੱਲ ਰਿਹਾ ਸੀ, ਸੁਨਾਮ ਦੀ ਅਦਾਲਤ ਦੁਆਰਾ 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਅਮਨ ਅਰੋੜਾ ਦੀ ਜ਼ਮਾਨਤ ਅਰਜ਼ੀ ਜਿਹੜੀ ਲਗਾਈ ਗਈ ਸੀ, ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਦਾਲਤ ਦੇ ਵਿੱਚ ਇਸ ਸਮੇਂ ਵੀ ਮੌਜੂਦ ਸਨ, ਉਹਨਾਂ ਦੇ ਤਰਫ ਤੋਂ ਸਜ਼ਾ ਹੋਣ ਤੋਂ ਤੁਰੰਤ ਬਾਅਦ ਜ਼ਮਾਨਤ ਦੀ ਐਪਲੀਕੇਸ਼ਨ ਵੀ ਲਗਾਈ ਗਈ ਹੈ। ਉਮੀਦ ਲਗਾਈ ਜਾ ਰਹੀ ਹੈ ਕਿ ਉਹਨਾਂ ਦੀ ਤਰਫ ਤੋਂ ਲਗਾਈ ਗਈ ਜਿਹੜੀ ਜ਼ਮਾਨਤ ਦੀ ਐਪਲੀਕੇਸ਼ਨ ਹੈ, ਉਸ ਨੂੰ ਤੁਰੰਤ ਜ਼ਮਾਨਤ ਵੀ ਮਿਲ ਸਕਦੀ ਹੈ। ਪਰ ਹਾਲੇ ਤੱਕ ਇਸ ਸੰਬੰਧੀ ਕੋਈ ਅਪਡੇਟ ਸਾਹਮਣੇ ਨਹੀਂ ਆਇਆ। ਅਮਨ ਅਰੋੜਾ ਅਦਾਲਤ ਦੇ ਅੰਦਰ ਹੀ ਨੇ, ਜ਼ਮਾਨਤ ਤੋਂ
ਨੂੰ ਲੈ ਕੇ ਹਾਲੇ ਤੱਕ ਕੋਈ ਵੀ ਫੈਸਲਾ ਬਾਹਰ ਨਹੀਂ ਆ ਸਕਿਆ। ਹਾਲਾਂਕਿ ਜ਼ਮਾਨਤ ਅਰਜ਼ੀ ਨਾਲ ਦੇ ਨਾਲ ਲਗਾ ਦਿੱਤੀ ਗਈ ਹੈ ਉਹਨਾਂ ਨੇ ਆਪਣੇ ਵਕੀਲਾਂ ਦੇ ਜ਼ਰੀਏ, ਪਰ ਇਸ ਬਾਬਤ ਅਦਾਲਤ ਨੇ ਕੀ ਫੈਸਲਾ ਕਰਨਾ ਇਹ ਅਦਾਲਤ ਦੇ ਉੱਤੇ ਨਿਰਭਰ ਕਰਦਾ। ਫਿਲਹਾਲ ਅਮਨ ਅਰੋੜਾ ਕੈਬਨਿਟ ਮੰਤਰੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਅੰਦਰ ਉਹਨਾਂ ਮੰਤਰੀਆਂ ਵਿੱਚੋਂ ਇੱਕ ਨੇ ਜਿਨ੍ਹਾਂ ਦੇ ਕੋਲ ਅਹਿਮ ਜ਼ਿੰਮੇਵਾਰੀਆਂ ਨੇ, ਤਾਂ ਹੁਣ ਉਹਨਾਂ ਦੀ ਮੁਸ਼ਕਲ ਆ ਜਿਹੜੀ ਇਸ ਸਜ਼ਾ ਸੁਣਾਏ ਜਾਣ ਤੋਂ ਬਾਅਦ ਵੱਧ ਗਈ ਹੈ। ਸਿਆਸੀ ਸਫ਼ਰ ਦੇ ਉੱਤੇ ਕੀ ਅਸਰ ਪੈਂਦਾ ਇਹ ਵੀ ਚਰਚਾਵਾਂ ਸ਼ੁਰੂ ਹੋ ਗਈਆਂ ਨੇ। ਤਾਂ ਮੰਤਰੀ ਅਮਨ ਅਰੋੜਾ ਨੂੰ ਇੱਕ ਪਰਿਵਾਰਕ ਮਸਲੇ ਦੇ ਵਿੱਚ 2 ਸਾਲ ਦੀ ਸਜ਼ਾ ਹੋਈ ਹੈ, ਜਿਸ ਦੇ ਵਿੱਚ ਜਿਸ ਢੰਗ ਜਿਹੜੀ ਜਾਣਕਾਰੀ ਹੁਣ ਤੱਕ ਸਾਹਮਣੇ ਨਿਕਲ ਕੇ ਆਈ ਹੈ, ਹਾਲਾਂਕਿ ਜ਼ਮਾਨਤ ਅਰਜ਼ੀ ਲਗਾ ਦਿੱਤੀ ਗਈ ਹੈ। ਦੇਖਦੇ ਹਾਂ ਕਿ ਜ਼ਮਾਨਤ ਅਰਜ਼ੀ ਦੇ ਨਾਲ ਅਮਨ ਅਰੋੜਾ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਅਗਲੀਆਂ ਅਦਾਲਤਾਂ ਵੱਲ ਰੁੱਖ ਕਰਨਾ ਪੈ ਸਕਦਾ ਹੈ। ਇਸ ਸੰਬੰਧੀ ਜੋ ਵੀ ਅਪਡੇਟ ਆਵੇਗਾ, ਕੋਸ਼ਿਸ਼ ਕਰਾਂਗੇ ਪਹਿਲ ਦੇ ਆਧਾਰ 'ਤੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ। ਫਿਲਹਾਲ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।